आशा वर्कर अते फैसिलिटेटर यूनियन पंजाब दी प्रधान किरणदीप कौर पंजोला की अगवाई में हुई स्टेट की मीटिंग में यूनियन वालों लोक भलाई लई देश के हित में फैसला लिया अते मंगा संबंधी पंजाब सरकार को भेजा नोटिस। यूनियन वालों कोरोना महामारी के ग्रोप में वाधे फैलाव देखते हुए देश के हित में फैसला लिया गया कि पंजाब की समूह आशा वर्कर अते फैसिलिटेटर 3 मई तो 10 मई तक कोरोना इंजैक्शन अपने लगाउणगियां। कोई भी वर्कर वांझी नहीं रहेगी ताकि वर्करां नूं देखदे होए उन्हां नाल जिन्ने भी पब्लिक अटैचमेंट है वह सब कोरोना इंजैक्शन लई अगे आउण विच देरी ना करन। यह फैसला जथेबंदियां ने लोक भलाई की सेवा लई लिया ताकि इस भयानक महामारी ते काबू पाया जा सके जिस नाल डैथ केसां विच गिरावट आ सके। परंतु अपने लंबे समय तो लड़क रही मंगां लागू करवाउण लई पंजाब दी हरेक PHC अते CHC ते एक दिन दा जो कि 10 मई तो 21 मई तक रोस मुजाहरे करके रोस प्रगट किया जाएगा। उपरंत जिला पद्धरी रोस प्रदर्शन किया जाएगा। जेकर फिर भी साडियां मंगां दा नोटिफिकेशन जारी ना किया तां भुख हड़ताल जारी कर दी जाएगी। किरणदीप कौर पंजोला प्रधान दे नाल नाल जिला आगू अते ब्लाक आगू भी हाजिर होए। होर खबरां देखने लई इस चैनल नूं लाइक सबसक्राइब अते शेयर करो ताकि तुहाडे तक नवीं खबरां पहुँचाइया जा सकन। रिपोर्टिंग दिलदार हुसैन दे नाल कैमरामैन हरपाल सिंह DG न्यूज़ मलेरकोटला। हाँ जी मैडम जी अज की एजेंडा तुहाडा इकट्ठे होण दा हस्पताल च? ਸਾਡੇ ਹਸਪੀਟਲ ਦੇ ਵਿੱਚ ਅੱਜ ਇਹ ਏਜੰਡਾ ਹਸਪੀਟਲ ਚ ਇਕੱਠੇ ਹੁੰਦਾ ਕਿ ਅਸੀਂ ਡੋਰ ਤੋਂ ਡੋਰ ਏਰੀਏ ਵਿੱਚ ਜਾਂਦੀਆਂ ਸੀ ਕੋਰੋਨਾ ਵੈਕਸੀਨ ਲਗਵਾਉਣ ਲਈ ਜਾਗਰੂਕਤਾ ਕਰਨ ਲੋਕਾਂ ਨੂੰ। ਉਹਦੇ ਵਿੱਚ ਸਾਨੂੰ ਇੱਕ ਦਿੱਕਤ ਆ ਰਹੀ ਸੀ, ਉਹ ਸਾਨੂੰ ਲੋਕ ਇਹ ਪੁੱਛਦੇ ਕਿ ਤੁਸੀਂ ਕਿਉਂ ਨਹੀਂ ਲਗਵਾ ਰਹੇ। ਅਸੀਂ ਕੁਛ ਆਪਣੇ ਸਰਕਾਰ ਵੱਲੋਂ ਸਾਡੀਆਂ ਕੁਛ ਮੰਗਾਂ ਸੀ ਉਹਦੇ ਸੰਬੰਧ ਵਿੱਚ ਅਸੀਂ ਨਹੀਂ ਲਗਵਾਉਂਦੇ ਸੀ ਉਹ ਇੰਜੈਕਸ਼ਨ ਤੇ ਸਰਕਾਰ ਦਾ ਹੁਣ ਤੁਹਾਨੂੰ ਪਤਾ ਹੀ ਆ ਸਰਕਾਰ ਦਾ ਤਾਂ ਕੰਮ ਕੀ ਆ, ਸਰਕਾਰ ਤਾਂ ਕਿਸੇ ਕੰਨੀ ਗੌਰ ਨਹੀਂ ਕਰਦੀ ਹੈਗੀ। ਪਰ ਇਸ ਵਾਰ ਅਸੀਂ ਇਹ ਫੈਸਲਾ ਕੀਤਾ, ਅੱਜ ਮੀਟਿੰਗ ਕੀਤੀ ਆ ਮਲੇਰਕੋਟਲਾ ਭੋਲੀ ਪ੍ਰਧਾਨ ਤੇ ਮੀਤ ਪ੍ਰਧਾਨ ਸੀਨੀਅਰ ਰਫੀਆ ਤੇ ਹੋਰ ਸਾਡੇ ਨਾਲ ਵਰਕਰ ਨੇ ਆਸ਼ਾ ਵਰਕਰ ਤੇ ਅਸੀਂ ਇਹ ਇੱਥੇ ਮੀਟਿੰਗ ਕੀਤੀ ਆ ਵੀ ਅਸੀਂ ਲੋਕ ਭਲਾਈ ਵਾਸਤੇ ਇੰਜੈਕਸ਼ਨ ਲਗਵਾ ਰਹੇ ਹਾਂ ਆਪਣੇ 3 ਤਰੀਕ ਤੋਂ ਲੈ ਕੇ 10 ਤਰੀਕ ਤੱਕ ਕੰਪਲੀਟ ਕਰ ਦਾਂਗੇ। ਤੁਸੀਂ ਲੋਕਾਂ ਨੂੰ ਕੀ ਦੱਸਣਾ ਚਾਹੁੰਦੇ ਹੋ ਕਿ ਵੈਕਸੀਨ ਨਾਲ ਕੋਈ ਨੁਕਸਾਨ ਹੈ ਕਿ ਨਹੀਂ ਹੈ? ਅਸੀਂ ਤਾਂ ਲੋਕਾਂ ਨੂੰ ਇਹੀ ਕਹਿੰਦੇ ਆ ਵੈਕਸੀਨ ਲਗਵਾਉਣ ਨਾਲ ਕੋਈ ਨੁਕਸਾਨ ਨਹੀਂ ਹੈਗਾ, ਲੋਕਾਂ ਨੂੰ ਇਹੀ ਕਹਿੰਦੇ ਆ। ਬਾਕੀ ਲੋਕ ਜੋ ਵੀ ਸਾਡੇ ਨਾਲ ਜੁੜੇ ਹੋਏ ਨੇ ਪਲੀਜ਼ ਅਸੀਂ ਬੇਨਤੀ ਕਰਦੇ ਆ ਵੀ ਉਹ ਵੀ ਸਾਡੇ ਨਾਲ ਜੁੜਨ, ਕਿਉਂਕਿ ਅਸੀਂ ਖੁਦ ਵੀ ਹੁਣ ਲਗਵਾ ਰਹੇ ਹਾਂ। ਲੋਕ ਜਿਹੜੀ ਸਾਨੂੰ ਸਵਾਲ ਕਰਦੇ ਸੀ ਅਸੀਂ ਉਹ ਵੀ ਜਵਾਬ ਉਹਨਾਂ ਨੂੰ ਦੇ ਰਹੀ ਦਾ ਹੱਲ ਕੱਢ ਦਿੱਤਾ ਕਿ ਅਸੀਂ ਖੁਦ ਲਗਵਾਵਾਂਗੇ। ਹਾਂਜੀ ਮੈਡਮ, ਮੈਡਮ ਜੀ ਤੁਹਾਡਾ ਨਾਮ ਕੀ ਹੈ ਜੀ? ਮੇਰਾ ਨਾਮ ਭੋਲੀ ਆ, ਮੈਂ ਬਲਾਕ ਪ੍ਰਧਾਨ ਮਲੇਰਕੋਟਲਾ। ਤੁਸੀਂ ਕੀ ਕਹਿਣਾ ਚਾਹੁੰਦੇ ਹੋ ਵੈਕਸੀਨ ਬਾਰੇ ਜੀ? ਅਸੀਂ ਵੈਕਸੀਨ ਬਾਰੇ ਇਹੀ ਕਹਿਣਾ ਚਾਹੁੰਦੇ ਹਾਂ ਕਿਉਂਕਿ ਪਹਿਲਾਂ ਅਸੀਂ ਵੈਕਸੀਨ ਲਗਵਾ ਨਹੀਂ ਸੀ ਰਹੇ, ਸਰਕਾਰ ਨੇ ਸਾਡੀਆਂ ਮੰਗਾਂ ਮੰਨ ਕੇ ਲਾਗੂ ਨਹੀਂ ਸੀ ਕੀਤੀਆਂ। ਇਸ ਸਬੰਧ ਵਿੱਚ ਅਸੀਂ ਕਹਿੰਦੇ ਸੀ ਵੀ ਅਸੀਂ ਵੈਕਸੀਨ ਨਹੀਂ ਲਵਾਉਣੀ। ਹੁਣ ਸਾਡੀ ਸੂਬਾ ਪ੍ਰਧਾਨ ਕਿਰਨਦੀਪ ਕੌਰ ਪੰਜੋਲਾ ਨੇ ਸਟੇਟ ਲੈਵਲ ਤੇ ਮੀਟਿੰਗ ਕੀਤੀ ਆ, ਉਹਨਾਂ ਨੇ ਪੰਜਾਬ ਸਰਕਾਰ ਨੂੰ ਦੂਜੀ ਸਰਕਾਰ ਨੂੰ ਭੇਜਿਆ ਨੋਟਿਸ, ਜੋ ਸਾਡੀਆਂ ਮੰਗਾਂ ਸੀਗੀਆਂ ਉਹਦੇ ਵਾਸਤੇ ਉਹ ਕਰਿਆ ਤੇ ਹੁਣ ਉਹਨਾਂ ਨੇ ਸਾਨੂੰ ਇਹ ਕਿਹਾ ਕਿ 3 ਮਈ ਤੋਂ 10 ਮਈ ਤੱਕ ਸਾਰੀਆਂ ਆਸਾ ਵਰਕਰ ਕੋਰੋਨਾ ਵੈਕਸੀਨ ਲਗਵਾਉਣਗੀਆਂ। ਜਦੋਂ ਅਸੀਂ ਘਰਾਂ ਚ ਜਾਂਦੇ ਸੀ ਤਾਂ ਸਾਨੂੰ ਲੋਕ ਵੀ ਪੁੱਛਦੇ ਤੁਸੀਂ ਵੈਕਸੀਨ ਕਰਵਾਈ ਆ, ਤਾਂ ਫਿਰ ਇਹਦੇ ਵਿੱਚ ਫਰਕ ਪੈਂਦਾ ਸੀ। ਹੁਣ ਅਸੀਂ ਲੋਕ ਭਲਾਈ ਨੂੰ ਦੇਖਦੇ ਹੋਏ, ਕਿਉਂਕਿ ਮਹਾਮਾਰੀ ਦਾ ਕਰੋਪ ਬਹੁਤ ਜ਼ਿਆਦਾ ਵੱਧ ਗਿਆ, ਇਸ ਕਰਕੇ ਮਹਾਮਾਰੀ ਨੂੰ ਦੇਖਦੇ ਹੋਏ ਅਸੀਂ ਵੀ ਫੈਸਲਾ ਆਪਦਾ ਬਦਲ ਲਿਆ ਕਿ ਅਸੀਂ ਕੋਰੋਨਾ ਵੈਕਸੀਨ ਜ਼ਰੂਰ ਲਗਵਾਵਾਂਗੇ ਤਾਂ ਲੋਕ ਵੀ ਲਗਾਉਣਗੇ। ਲੋਕਾਂ ਦੀ ਭਲਾਈ ਵਾਸਤੇ ਅਸੀਂ ਆਪਦਾ ਫੈਸਲਾ ਮੋੜ ਲਿਆ ਤੇ ਬਾਕੀ ਅੱਗੋਂ ਗੁੰਗੀ ਬੋਲੀ ਸਰਕਾਰ ਆ ਜਿਹੜੀ ਉਹ ਦੇਖਾਂਗੇ ਵੀ ਇਹ ਕੀ ਸੋਚਦੀ ਆ ਸਰਕਾਰ ਸਾਡੇ ਲਈ ਕੁਛ ਕਰਦੀ ਆ ਜਾਂ ਨਹੀਂ ਕਰਦੀ। ਤੁਹਾਡੇ ਮੰਗਾਂ ਫਿਰ ਪੂਰੀਆਂ ਹੋ ਗਈਆਂ ਕਿ ਨਹੀਂ ਹੋਈਆਂ? ਨਹੀਂ ਜੀ, ਜਿਹੜੀਆਂ ਸਾਡੀਆਂ ਮੰਗਾਂ ਸੀਗੀਆਂ ਉਹ ਮੰਗਾਂ ਦਾ ਸਰਕਾਰ ਨੂੰ ਭੇਜਿਆ ਜੀ। ਅੱਜਾਂ ਕਿਹੜੀਆਂ ਮੰਗਾਂ ਨੇ ਜਿਹੜੇ ਮੰਗ ਨਹੀਂ ਰਹੇ? ਕਿ ਇੱਕ ਤਾਂ ਸਾਡੀ 4000 ਹਰਿਆਣਾ ਪੈਟਰਨ ਕਿ ਸਾਨੂੰ 4000 ਹਰਿਆਣਾ ਪੈਟਰਨ ਲਾਗੂ ਕੀਤੀ ਜਾਵੇ, ਸਾਡੀ ਹਾਜ਼ਰੀ ਯਕੀਨੀ ਬਣਾਈ ਜਾਵੇ, ਜਿਹੜਾ ਸਾਡਾ ਇਨਸੈਂਟਿਵ ਬਣਦਾ ਉਹ 5 ਤੋਂ 7 ਤਰੀਕ ਤੱਕ ਸਾਡਾ ਪਾਇਆ ਜਾਵੇ। ਅਸੀਂ 10 ਤਰੀਕ ਤੋਂ 21 ਤਰੀਕ 10 ਮਈ ਤੋਂ ਲੈ ਕੇ 21 ਮਈ ਤੱਕ ਸਾਰੀਆਂ PHCs ਤੇ CHCs ਤੇ ਅਸੀਂ ਰੋਸ ਮੁਜ਼ਾਹਰਾ ਕਰਾਂਗੇ। ਜਿਹੜੀਆਂ ਸਾਡੀਆਂ ਲਟਕ ਰਹੀਆਂ ਮੰਗਾਂ ਸੀਗੀਆਂ ਉਹਨਾਂ ਦੇ ਸੰਬੰਧ ਵਿੱਚ ਰੋਸ ਮੁਜ਼ਾਹਰਾ ਕਰਾਂਗੇ। ਅਗਰ ਇਹ ਨਹੀਂ ਮੰਨਦੇ ਤਾਂ ਫਿਰ ਅਸੀਂ ਤਿੱਖਾ ਸੰਘਰਸ਼ ਕਰਾਂਗੇ, ਭੁੱਖ ਹੜਤਾਲ ਸ਼ੁਰੂ ਕਰਾਂਗੇ। ਇਹਨਾਂ ਦੇ ਸਰਕਾਰਾਂ ਨੇ ਜਿਹੜੀਆਂ ਇਹਨਾਂ ਦਾ ਇੱਕ ਜੂ ਵੀ ਨਹੀਂ ਸਰਕਦੀ, ਕਿੰਨਾ ਮਹਾਮਾਰੀ ਦਾ ਪ੍ਰਕੋਪ ਚੱਲ ਰਿਹਾ ਤਾਂ ਵੀ ਇਹਨਾਂ ਨੂੰ ਜਿਹੜੇ ACਆਂ ਚ ਬੈਠਣ ਵਾਲੇ ਨੇ, ਅਸੀਂ ਤਾਂ ਡੋਰ ਟੂ ਡੋਰ ਜਾਂਦੇ ਆ, ਆਸਾ ਨੂੰ ਬਿਲਕੁਲ ਨਹੀਂ ਦੇਖਿਆ ਜਾਂਦਾ, ਨਾ ਆਸਾ ਦਾ ਕਿਤੇ
छेती नाम भी नहीं पाया जाता। ऊ तो आशा जाए डोर टू डोर आशा भेजे मरीजा नु वैक्सीन लवा असी तो डोर टू डोर जाने पर साडा ना तो किते ना पाया जाता कि आशा नाल आ पिंडां दे विच सारियां आसा दा नाम पाया जांदा है ते मलेरकोटला दे विच किसे आसा दा किते नाम नहीं पाया जांदा। असीं कैंप भी लवाउने आ गुरप्रीत और मैं असीं कैंप लवाया कोर्ट कंपलैक्स दे विच 50 दोजां लगियां 50 दे वैक्सीन असीं लवाई ते साडा किते कोई इस तरह दा नाम नहीं आउंदा हैगा कि इह आसा ने कम करवाया। मतलब डाक्टर साहब इन्ना कम नहीं करदे जिन्ना तुसीं करदे हो पर नाम ओह अपना कर लैंदे ने वैक्सीन दा कि तुहाडा नाम नहीं आउंदा। हां जी जां स्टाफां दा नाम आउंदा जां डाक्टरां दा नाम आउंदा आशा दा तां किते नाम ही नहीं आउंदा भी आशा ने इह कम कीता। डोर टू डोर तां आशा जांदी आ। असीं दो कुड़ियां ने कैंप लवाया कोर्ट कंपलैक्स दे विच 50 दे वैक्सीन लगी उह ते इक साडी कुड़ी होर रफी आ उहने कैंप लवाया आपदा कल्ली ने आपदे सिर ते ते कोई उहदा नाम नहीं किते पिया हैगा कोई नाम नहीं करदे हैगे हस्पताल वाले भी इह कुड़ियां इन्ना कम करदियां ने। साडी तां पेमेंट भी रुकी पई आ 10वें महीने तों 2500 रुपया सरकार ने सानू कोरोना महामारी का भत्ता अलग तो देना करिया सीगा पिंडां दे विच सारा भत्ता हो पै रहा पर साडा 10वें महीने तो एक पंजी भी नहीं पई। पहला SMO साहब सीगे असीं उहनां नूं भी किन्नी वारी कहा ते साडी सूबा प्रधान भी आई साडी सूबा प्रधान नूं तां इह कहा गया सी साडे SMO साहब ने कहा कि इहनां दे मैं पैसिआं दे उत्ते साइन कर दित्ते ने उह इहनां दे पैसे पा दित्ते गए पर नहीं पाए साडे उह पैसे। इह जिहड़े भत्ते ने पिंडां विच मिल रहे है शहर च किते वी नहीं पंजाब च मिलिया नहीं नहीं बाहर तो सारे मिल रहे हैं कल्या मलेरकोटला दे विच नहीं मिल रहे हैं। हुण तुसीं की मांग करदे हो? असीं इही मांग करदे हां वी साडे पैसे भी पाए जाण 10वें महीने तो देख लो साडा किन्ना 2500 दे हिसाब नाल किन्ना बनदा कोई साडा ओह पैसा नहीं पाया हैगा। बाकी लोगां नूं तुसीं की संदेश देना चाहुंदे हो वैक्सीन लवा के जी? लोगां नूं असीं इही संदेश देना चाहुंदे हां कि अपने पंजाब नूं वधिया पंजाब दे लोकां नूं वधिया सेहत मिले वैक्सीन लवाओ उहदा कोई नुकसान नहीं हैगा ਉਹਨਾਂ ਦੀ ਸਿਹਤ ਵਾਸਤੇ। ਅਸੀਂ ਖੁਦ ਵੀ ਆਪਦਾ ਫੈਸਲਾ ਬਦਲ ਲਿਆ ਸਾਡੀ ਸੂਬਾ ਪ੍ਰਧਾਨ ਨੇ ਸਾਡੀ ਮਤਲਬ ਇਹ ਕਿਹਾ ਸੀ ਵੀ ਅਸੀਂ ਵੈਕਸੀਨ ਨਹੀਂ ਲਵਾਉਣੀ ਆਸਾ ਨੇ ਪਰ ਨਹੀਂ ਅਸੀਂ ਲੋਕਾਂ ਦੀ ਭਲਾਈ ਵਾਸਤੇ ਉਹ ਵੀ ਅਸੀਂ ਆਪਦਾ ਫੈਸਲਾ ਬਦਲ ਲਿਆ। ਸਰਕਾਰ ਸਾਡੀਆਂ ਮੰਗਾਂ ਜਦੋਂ ਮੰਗੂ ਉਦੋਂ ਦੀ ਗੱਲ ਆ ਤੇ ਅਸੀਂ ਅਸੀਂ ਸੰਘਰਸ਼ ਤਾਂ ਤਿੱਖਾ ਕਰਾਂਗੇ ਬਹੁਤ ਤਿੱਖਾ ਸੰਘਰਸ਼ ਕਰਾਂਗੇ। ਸਾਨੂੰ ਕਿਸੇ ਨੂੰ ਜਾਨ ਵੀ ਦੇਣੀ ਪੈ ਗਈ ਤਾਂ ਅਸੀਂ ਜਾਨ ਦੇਣ ਲਈ ਵੀ ਤਿਆਰ ਹਾਂ।